हालेलुया हालेलुया सारे पैंटों में जय श्रुति आओ से इस प्रादी गवाही सुनिए जो कि बठिंडा पैरिश तो बठिंडे तो साढ़े विचकार आए हैं अपनी जिंदगी की गवाही देने के लिए। सो यह भरा अपनी जिंदगी के बारे दस रहे कि इन्हों की जिंदगी खुदा ने कितना बड़ा चमत्कार किया है जो कि अपनी जिंदगी बहुत ज़्यादा नशे की गुलामी में फसे हुए सन और इन्हों के परिवार में बहुत ज़्यादा परेशानियां सी। सो आओ असं इन्हों के कोलों गवाही सुना जो अपनी गवाही साढ़े न शेयर करना चाहते हैं साझा करना चाहते हैं ये आप अपनी गवाही बोल के सू दसनगे। जय श्री मैं बहुत ज़्यादा नशे करता सी 10-12 साल तो उस तो बाद मेरी शादी हो गई मैं अपने बच्चों में बहुत कुटदा मारता सी ਤਾਂ ਕਰਕੇ ਮੇਰੇ ਬੱਚੇ 1-2 ਮਹੀਨਾ ਪਿੰਡ ਰਹਿੰਦੇ ਤਾਂ ਉਦੋਂ ਬਾਅਦ ਆਪਦੇ ਪੇਕਿਆਂ ਪਿੰਡ ਹੀ ਮੇਰੇ ਘਰ ਦੀ ਰਹਿ ਰਹੀ ਸੀ। ਤਾਂ ਇੱਕ ਦਿਨ ਮੈਂ ਸੋਚਿਆ ਮਸੀਹ ਭਵਨ ਬਣਿਆ ਹੋਇਆ ਅਤੇ ਮੈਂ ਇਸ ਦੇ ਵਿੱਚ ਜਾਵਾਂ ਅਤੇ ਮੈਂ ਇਸ ਨਸ਼ੇ ਤੋਂ ਵੀ ਗੁਲਾਮ ਹੋ ਇਹਦਾ ਹੋਇਆ ਪਿਆ ਮੈਂ ਅਤੇ ਮੇਰੇ ਮਨ ਦੇ ਵਿੱਚ ਕੁਦਰਤੀ ਮਹਾਰਾਜ ਨੇ ਇੱਕ ਗੱਲ ਪਾਈ ਤਾਂ ਮੈਂ ਇਸ ਭਵਨ ਦੇ ਵਿੱਚ ਜਦ ਆਇਆ ਤਾਂ ਮੇਰੇ ਬੱਚੇ ਇਸ ਟਾਈਮ ਮੇਰੇ ਨਾਲ ਘਰ ਰਹਿ ਰਹੇ ਆ। ਮੇਰੇ ਘਰ ਦੇ ਵਿੱਚ ਮੈਂ ਸਭ ਕੁਛ ਵੇਚ ਦਿੱਤਾ ਹੋਇਆ ਸੀ ਕਿ ਇੱਕ ਹੀ ਮੰਜਾ ਸੀ ਜਿਹਦੇ ਉੱਤੇ ਅਸੀਂ ਉੱਠਦੇ ਬੈਠਦੇ ਸੀ ਤਾਂ ਪਰਮੇਸ਼ੁਰ ਨੇ ਇਸ ਟਾਈਮ ਸਾਨੂੰ ਸਭ ਕੁਛ ਦੇ ਦਿੱਤਾ ਤਾਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਜੀ। ਜੇ ਜਿਸ ਤਰ੍ਹਾਂ ਅਸੀਂ ਆਪ ਇਸ ਭਰਾ ਦੇ ਮੂੰਹ ਸੁਣਿਆ ਕਿ ਇਹਨਾਂ ਦੇ ਘਰ ਵਿੱਚ ਖੁਦਾ ਨੇ ਕਿੰਨੀ ਹੁਣ ਆਸ਼ਿਸ਼ ਦਿੱਤੀ ਹੈ ਇਹ ਭਰਾ ਜਦੋਂ ਸ਼ਾਦੀ ਹੋ ਗਈ ਇਹਨਾਂ ਦੀ ਪਤਨੀ ਇੱਥੇ ਪੇਕੇ ਰਹਿ ਰਹੀ ਸੀ ਪਰ ਇਹ ਭਰਾ ਆਪਣੇ ਘਰ ਵਿੱਚ ਰਹਿ ਰਹੇ ਸੀ ਇਹ ਆਪਣੀ ਗਵਾਹੀ ਵਿੱਚ ਦੱਸ ਰਹੇ ਸੀ ਕਿ ਇਹਨਾਂ ਨੇ ਲੜਾਈ ਕਰਕੇ ਆਪਣੀ ਘਰਵਾਲੀ ਦੇ ਨਾਲ ਬੱਚਿਆਂ ਨੂੰ ਲੈ ਕੇ ਚਲੇ ਗਏ ਸੀ ਪਰ ਜਦੋਂ ਇਹਨਾਂ ਦੇ ਮਨ ਵਿੱਚ ਰੱਬ ਵੱਲੋਂ ਹੀ ਇੱਕ ਸੋਚ ਆਈ ਕਿ ਇਸ ਮਸੀਹ ਭਵਨ ਹੈ ਨੇੜੇ ਮੈਂ ਇਸ ਮਸੀਹ ਭਵਨ ਵਿੱਚ ਜਾਵਾਂਗਾ ਪ੍ਰਾਰਥਨਾ ਕਰਾਵਾਂਗਾ। ਸੋ ਜਦੋਂ ਇੱਥੇ ਆ ਗਏ ਤਾਂ ਇੱਥੇ ਆ ਕੇ ਸਾਡੇ ਮਾਨਯੋਗ ਫਾਦਰ ਬੇਸਰ ਜੀ ਨੂੰ ਮਿਲੇ ਅਤੇ ਫਾਦਰ ਜੀ ਨੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਦੋਂ ਫਾਦਰ ਜੀ ਨੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਤਾਂ ਇਹਨਾਂ ਦਾ ਜੀਵਨ ਬਦਲਣਾ ਸ਼ੁਰੂ ਹੋ ਗਿਆ ਜੋ ਵੀ ਇਹ ਨਸ਼ੇ ਕੀ ਨਸ਼ੇ ਦੱਸ ਰਹੇ ਸੀ ਤੁਸੀਂ ਗਾਂਜਾ ਵਗੈਰਾ ਸਲਫੀਆਂ ਵਗੈਰਾ ਪੀਂਦੇ ਸੀਗੇ ਗੋਲੀਆਂ ਖਾਂਦੇ ਸੀ ਮੈਂ ਬਹੁਤ ਜ਼ਿਆਦਾ ਭੈੜੇ ਭੈੜੇ ਨਸ਼ੇ ਸੀ ਜੋ ਇਹ ਭਰਾ ਕਰਦੇ ਸੀ ਪਰ ਦੇਖੋ ਅੱਜ ਇਸ ਭਰਾ ਨੂੰ ਸਾਰੇ ਨਸ਼ਿਆਂ ਤੋਂ ਪਰਮੇਸ਼ੁਰ ਨੇ ਆਜ਼ਾਦ ਕਰ ਦਿੱਤਾ ਅਤੇ ਜੋ ਇਹ ਪਰਿਵਾਰ ਟੁੱਟ ਚੁੱਕਾ ਸੀ ਆਪਣੀ ਘਰਵਾਲੀ ਤੋਂ ਬੱਚਿਆਂ ਤੋਂ ਦੂਰ ਰਹਿੰਦੇ ਸੀ ਇਹਨਾਂ ਦੀ ਘਰਵਾਲੀ ਹੁਣ ਇਹਨਾਂ ਦੇ ਨਾਲ ਹੈ ਬੱਚੇ ਇਹਨਾਂ ਦੇ ਕੋਲ ਹੈ ਅਤੇ ਦੂਸਰੀ ਗੱਲ ਇਹ ਭਰਾ ਦੱਸ ਰਹੇ ਸੀ ਇਹਨਾਂ ਦੇ ਘਰ ਵਿੱਚ ਕੋਈ ਚੀਜ਼ ਨਹੀਂ ਸੀ ਇੱਕ ਮੰਜਾ ਸੀ ਜੋ ਕਿ ਇਹ ਸਿਰਫ ਬੈਠਣ ਦੇ ਲਈ ਯੂਜ਼ ਕਰਦੇ ਸੀ ਬਾਕੀ ਇਹਨਾਂ ਦੇ ਘਰ ਵਿੱਚ ਕੁਛ ਵੀ ਨਹੀਂ ਸੀ ਘਰ ਦਾ ਸਾਰਾ ਸਮਾਨ ਇਹਨਾਂ ਨੇ ਵੇਚ ਕੇ ਜੋ ਨਸ਼ੇ ਕਰਕੇ ਖਤਮ ਕਰ ਦਿੱਤਾ ਸੀ ਜੀ ਜੀ ਪਰ ਹੁਣ ਇਹਨਾਂ ਦੇ ਘਰ ਵਿੱਚ ਇਹ ਦੱਸ ਰਹੇ ਸੀ ਇਹਨਾਂ ਦੇ ਘਰ ਵਿੱਚ ਮੋਟਰਸਾਈਕਲ ਹੈ ਜੀ ਫਰਿੱਜ ਹੈ ਟੀਵੀ